ਕੀ ਘਟਨਾ ਕੀ ਵਾਪਰੀ ਤਾਂ ਇੱਥੇ ਅੱਗ ਲੱਗੀ ਹੈ ਅੱਗੇ ਘਰ ਕੋਈ ਨਹੀਂ ਮਗਰੋਂ ਲੱਗੀ ਆਪਣਾ ਕਿੱਦਾਂ ਲੱਗ ਗਈ ਅੱਜ ਸਾਢੇ ਕੁ 12 ਵਜੇ ਦੇ ਕਰੀਬ ਸਰਦਾਰ ਜਗਿੰਦਰ ਸਿੰਘ ਦੇ ਘਰ ਅਚਨਚੇਤ ਅੱਗ ਲੱਗਣ ਨਾਲ ਬਹੁਤ ਹੀ ਭਾਰੀ ਨੁਕਸਾਨ ਹੋਇਆ ਵਾ ਅਤੇ ਬਹੁਤ ਹੀ ਗਰੀਬ ਪਰਿਵਾਰ ਆ ਜਦਕਿ ਦੋ ਬੱਚੇ ਇਹਨਾਂ ਦੇ ਆਪ ਖੁਦ ਨੇ ਇਹਨਾਂ ਦੇ ਇੱਕ ਨੌਹਰਾਣੀ ਆ ਜੋ ਵੀ ਆਪਣਾ ਕਿਸੇ ਦੇ ਬਰਤਨ ਵਗੈਰਾ ਜਾਂ ਕੰਮ ਕਰਕੇ ਘਰ ਦਾ ਅਤੇ ਫਿਰ ਗੁਜ਼ਾਰਾ ਕਰਦੇ ਸੀ ਪਰ ਅੱਜ ਅਚਨਚੇਤ ਬੱਚੇ ਘਰ ਵਿੱਚ ਸੀ ਕੋਈ ਕਾਰਨ ਪਤਾ ਨਹੀਂ ਲੱਗਾ ਕਿ ਅੱਗ ਕਿਸ ਤਰ੍ਹਾਂ ਲੱਗੀ ਆ ਬਸ ਅਸੀਂ ਹੁਣ ਇਹਨਾਂ ਦੀ ਛੱਤ ਜਿਹੜੀ ਆ ਪਿਛਲੀ ਉਹ ਵੀ ਡਿੱਗ ਚੁੱਕੀ ਆ ਘਰ ਦੇ ਰਜਾਈਆਂ ਤਲਾਈਆਂ ਸਭ ਜਿਹੜੀਆਂ ਉਹ ਤਬਾਹ ਚੁੱਕੀਆਂ ਵਾ ਸਿਆਲ ਦੇ ਦਿਨ ਆ ਛੋਟਾ ਛੋਟਾ ਸਮਾਨ ਅਤੇ ਘਰੇਲੂ ਸਮਾਨ ਜਿੰਨਾ ਵੀ ਉਹ ਸਾਰਾ ਜਿਹੜਾ ਨਸ਼ਟ ਹੋ ਚੁੱਕਾ ਵਾ ਮੈਂ ਅਵਤਾਰ ਸਿੰਘ ਕੌਂਸਲਰ ਜੰਡਾਲਾ ਗੁਰੂ ਇਹ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਇਸ ਗਰੀਬ ਪਰਿਵਾਰ ਦੀ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੁੰਦੀ ਆ ਉਹ ਕੀਤੀ ਜਾਵੇ ਅਤੇ ਅਸੀਂ ਵੀ ਸਮੂਹ ਮੁੱਲਾ ਨਿਵਾਸੀ ਰਲ ਮਿਲ ਕੇ ਜਿੰਨਾ ਵੀ ਸਾਡੇ ਕੋਲੋਂ ਸਹਿਯੋਗ ਹੋਵੇਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਅਤੇ ਅਸੀਂ ਹਲਕਾ ਵਿਧਾਇਕ ਜੀ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਇੱਥੇ ਮੌਕਾ ਵੇਖ ਕੇ ਇਹਨਾਂ ਦੀ ਜਿੰਨੀ ਵੀ ਬਣਦੀ ਮਾਲੀ ਸਹਾਇਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।